ਬਾਬਾ ਤੇਰੇ ਸੱਚੇ ਦਰਬਾਰ ਕੀ ਖੇਤਰਪਾਲ ਦੇ ਦਰਬਾਰ ਦਾ ਠੀਕ ਹੈ ਭੈਣੇ, ਹਾਂਜੀ ਮਹਾਰਾਜ।
ਸੱਚ ਠੀਕ ਆ ਨਾ ਤੂੰ ਮੈਨੂੰ ਜਾਣਦੀ ਆ ਨਾ ਮੈਂ ਤੈਨੂੰ ਜਾਣਦਾ ਮਤਲਬ ਮੈਨੂੰ ਐਂ ਦੱਸੀ ਆਪਣੇ ਘਰੇ ਕਿੱਕਰ ਲੱਗੀ ਹੁੰਦੀ ਸੀ ਜਾਂ ਹੈਗੀ ਆ ਹੈਗੀ ਆ ਨਹੀਂ ਹੋਣਾ ਹੈ ਲੱਗੀ ਹੁੰਦੀ ਸੀ ਭੈਣੇ ਠੀਕ ਆ ਜੀ ਇੱਕ ਮੈਨੂੰ ਗੱਲ ਹੋਰ ਦੱਸੀ ਭੈਣ ਮੇਰੇ ਕਿਹਾ ਇੱਥੇ ਦਰਦ ਸ਼ੁਰੂ ਹੁੰਦਾ ਤੇ ਕਾਲਜ ਨੂੰ ਖਿੱਚ ਪੈਂਦੀ ਆ ਸਾਰਾ ਸਰੀਰ ਟੁੱਟਣ ਲੱਗ ਜਾਂਦਾ ਫਿਰ ਇੱਕ ਗੱਲ ਹੋਰ ਦੱਸਦੀ ਭੈਣੇ ਸਿਰ ਭਰਾ ਭਰਾ ਕਿਹਦਾ ਹੋ ਜਾਂਦਾ ਜਿਵੇਂ ਤੋੜਾ ਹੋਏ ਤੋੜਾ ਹੋਈ ਲੱਗ ਜਾਂਦੀ ਆ ਹੈ ਭੈਣੇ ਹਾਂਜੀ ਬਾਬਾ ਜੀ ਬੱਚੋ ਇੱਕ ਗੱਲ ਹੋਰ ਦੱਸਦੀ ਭੈਣੇ ਆਪਣੇ ਰਾਜੂ ਜਾਂ ਮਨਜੀਤ ਕੌਣ ਆ ਹੈ ਗੁਆਂਢ ਚ ਬੰਦਾ ਹੋਵੇ ਦਵਾਂਗ ਦਵਾ ਕੇ ਨੂੰ ਪੈਂਦਾ ਭੈਣੇ ਦਵਾ ਤਾਂ ਬਾਬਾ ਮੈਨੂੰ ਦਿੰਦਾ ਹੈ ਚਾਨਚੱਕ ਬੁੜੀ ਭੁਲੇਖੇ ਨੂੰ ਭੁਲੇਖਾ ਦੇ ਜਾਂਦੀ ਆ ਬੁੜੀ ਤਾਂ ਨਹੀਂ ਦਿੰਦੀ ਘਰੇ ਕਿਸੇ ਜੀ ਨੂੰ ਦਿੰਦੀ ਹੋਵੇ ਆਪਣੀ ਬਾਂਹ ਹਿਲਾ ਦੀ ਟਾਂਗ ਚੱਕ ਡਿੱਗ ਦੇ ਸਕੇ ਐਵੇਂ ਬਣੇ ਹਾਂਜੀ ਬਾਬੇ ਖੇਤਰਪਾਲ ਨੂੰ ਮੰਨਦੇ ਆ ਇਹਦਾ ਕੋਈ ਲੈਣ ਦੇਣ ਖੜਾ ਹੋਵੇ ਘੋੜਾ ਰਹਿੰਦਾ ਠੀਕ ਹੈ ਜੀ ਮਾਤਾ ਕਾਲਕਾ ਦੀ ਸੇਵਾ ਕਰੀਏ ਭੈਣੇ ਇੱਕ ਮੈਨੂੰ ਗੱਲ ਹੋਰ ਦੱਸਦੀ ਭੈਣੇ ਨੀਲ ਵਾਂਗੂ ਨੀਲ ਕਿਹਦੇ ਬਣ ਗਈ ਸੀ ਇੱਕ ਮਾਤਾ ਦੀ ਸੁੱਖ ਸੁੱਖੀ ਕਹੀ ਹੋਏ ਬੋਤਲ ਸਵਾ ਬੋਤਲ
ਲਾਲ ਬਾਬੇ ਨੂੰ ਮੰਨਦੇ ਲਾਲ ਲਾਲੇ ਪੀਰ ਨੂੰ ਨਹੀਂ ਮੰਨਦੇ ਭੈਣੇ ਡੇਰੇ ਚ ਜਾਂਦੇ ਹੀ ਕਿਤੇ ਮੱਥਾ ਟੇਕਣ ਡੇਰੇ ਚ ਤਾਂ ਜਾਈ ਬੜੀ ਦਾ ਕਿਤੇ ਮੱਥਾ ਟੇਕਣ ਇੱਕ ਚਾਨਚਕ ਬੰਦਾ ਮੁੱਕ ਗਿਆ ਭੈਣੇ ਨੌਜਵਾਨ ਪਾਸੇ ਦਾ ਭੈਣੇ ਜਾਂ ਸਪਰੇਅ ਪੀ ਕੇ ਮੁੱਕਿਆ ਹੋਵੇ ਜਾਂ ਲਾਈਟ ਨਾਲ ਲਾ ਕੇ ਮੁੱਕਿਆ ਹੋਵੇ ਬੱਚ ਬਾਬਾ ਪਾਸੇ ਦਾ ਬਾਬਾ ਜੀ ਪਾਸੇ ਦਾ ਲੱਗਿਆ ਲਗਾਇਆ ਆ ਇੱਥੇ ਤਾਂ ਕੋਈ ਹੈ ਨਹੀਂ ਬਾਬਾ ਮੇਰੇ ਪੇਕੇ ਆ ਇੱਥੇ ਮੇਰੇ ਸਹੁਰੀ ਦਾ ਮੇਰਾ ਦਿਓਰ ਮਰਿਆ ਹੈ ਇੱਕ ਗੱਲ ਹੋਰ ਦੱਸ ਜੀ ਭਾਵੇਂ ਮਿਲ ਗਏ ਮੈਨੂੰ ਮਾਸ ਨੂੰ ਮਾਸ ਕਿੱਥੇ ਵੇਖੇ ਘਰੇ ਮਾਸ ਤਾਂ ਨਹੀਂ ਦੇਖਿਆ ਉਹ ਖੂਨ ਦੇ ਛਿੱਟੇ ਆਏ ਸੀਗੇ ਮੈਂ ਜਿੰਨੀ ਗੱਲ ਪੁੱਛਦਾ ਭੈਣ ਉਨੀ ਗੱਲ ਹੀ ਦੱਸੀ ਮੈਨੂੰ ਠੀਕ ਆ ਇੱਕ ਅੱਗ ਦਾ ਚਾਂਸ ਕਿੱਥੇ ਬਣ ਗਿਆ ਲਾਟ ਨੂੰ ਲਾਟ ਨਿਕਲ ਗਈ ਸੀ ਜੋਤਾਂ 'ਚ ਲੱਗ ਗਈ ਸੀ ਹਾਂਜੀ ਮਾੜਾ ਮੋਟਾ ਬੱਗ ਤੋਂ ਕਰਮ ਕਰਾਉਣਾ ਹਾਂਜੀ ਐਸਾ ਹੁਕਮ ਆ ਗਿਆ ਮੇਰਾ ਲੈ ਲੈ ਪਰ ਥੋੜਾ ਲੈ ਕਰ ਪਾਇਓ ਜਾਂ ਨਾ ਪਾਇਓ ਉਹ ਚੱਕ ਲੈ ਇਧਰੋਂ ਲੈ ਲਾ
ਬੱਚੇ ਤੇ ਦਿੱਕਤ ਬਣਦੀ ਹੋਵੇ ਭਾਈ, ਘਰ ਦੇ ਵਿੱਚ ਰਾਂਦ ਰਹਿੰਦੀ ਹੋਵੇ, ਬੱਚਾ ਢਿੱਲਾ ਮਿੱਸਾ ਹੋ ਜਾਂਦਾ ਹੋਵੇ, ਆ ਜਾਓ ਵੀ ਕਰੋਧ ਨੂੰ ਕਰੋਧ ਕਰਦਾ ਹੋਵੇ, ਹਜੇ ਕਿਸੇ ਦੀ ਕਾਣ ਪਈ ਕਰਦੇ ਪੰਜ ਜੀ ਬਣਦੇ ਹੁਣ ਬਾਬਾ ਕਹਿੰਦਾ ਕੰਪਨੀ ਵਾਲਿਆਂ ਦੁਨੀਆਂ ਛੱਡ ਦੇ ਨਾਲ,
ਚਲੋ ਜੀ ਸਾਰਾ ਵੇ ਸਾਰਾ ਵੇ ਸੁਣੇ ਵਾਲਿਆ ਸਾਰੇ ਤੇਰੀ ਅੱਖੀਆਂ ਦੀ ਖੂਰੇ ਸਾਰਾ ਵੇ ਸਾਰਾ
ਬਾਈ ਜੀ ਹੁਕਮ ਆ ਬਾਬਾ ਜੀ ਦਾ, ਕੰਮ ਧੰਦੇ ਬਾਰੇ ਪੁੱਛਦਾ ਹੋਵੇ, ਸਰੀਰ ਤੇ ਵੀ ਦਿੱਕਤ ਬਣਦੀ ਬਾਬਾ।
ਕਿਸੇ ਚੱਕਰ ਬਣਦਾ ਹੋਵੇ ਦੌੜ ਬਾਸੀ ਲੱਗਦੀ ਹੋਵੇ ਚੱਲ ਬਾਬਾ ਘਰ ਦੇ ਵਿੱਚ ਕ੍ਰੋਧ ਨੂੰ ਕ੍ਰੋਧ ਐ ਬਣ ਜਾਂਦਾ ਇੱਕ ਦੂਜੇ ਨੂੰ ਗੱਲ ਸਾਰਦੇ ਨੀ ਇੱਕ ਕਹਿੰਦਾ ਦੋ ਸੁਣਾਉਂਦਾ ਪੁੱਤ ਅੱਗੋ ਠੀਕ ਆ ਬਾਬੇ ਨੂੰ ਪੁੱਛੋ ਬਾਬਾ ਜੀ ਬੈਠੇ ਆਪਣੇ ਬਾਬੇ ਗੁਰੂ ਪਾਠ ਮਹਾਰਾਜ ਜੀ ਠੀਕ ਆ ਜੀ ਪੁੱਛੋ ਘਰ ਦੇ ਵਿੱਚ ਤ੍ਰਾਵਤੀ ਮਨਜੂਰ ਕਰਾ ਕੇ ਪੁੱਤ ਸਭ ਕੁਛ ਸਹੀ ਮਿਲੂ ਠੀਕ ਤੇ ਮਸਾ ਬਾਈ ਹਾਂ
ਮਾਤਾ ਕੋਈ ਥਾਂ ਦਾ ਮਾਤਾ ਰੌਲਾ ਮੁੰਡੇ ਤੇ ਕਿਸੇ ਮੁੰਡੇ ਦੇ ਚੱਕਰ ਚ ਨਹੀਂ ਹੁੰਦਾ ਬੀਬੀ ਇੱਥੇ ਆਉਂਦਾ ਹੈਂ ਹਾਂਜੀ ਆਪਦੇ ਜੀ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਹੀ ਆ ਹਾਂਜੀ ਮੁੰਡੇ ਦੇ ਆਇਆ ਨਾਲ ਕਾਕੂ ਆਇਆ ਨੀਗਾ ਕਿੰਨਾ ਚਿਰ ਕੋ ਰੌਲਾ ਚੱਲਦੇ ਨੂੰ ਉਹੀ ਹੋ ਗਏ 4-5 ਮਹੀਨੇ 4-5 ਮਹੀਨੇ ਹੋ ਗਏ ਠੀਕ ਗੱਲ ਥਾਣੇ ਕਚਹਿਰੀ ਤੱਕ ਪੂਰੀ ਗੱਲ ਪਹੁੰਚੀ ਖੁੜਤੀ ਹੈ ਹੁਣ ਐ ਪੁੱਛ ਕੇ ਬਾਬੇ ਨੇ ਵੀ ਹੱਲ ਕਰੂਗਾ ਕੀ ਕਰੂਗਾ ਕੀ ਨਾ ਕਰੂਗਾ ਆਈਏ ਗੱਲ ਬੀਬੀ ਬੱਜ ਬਾਬਾ ਤੇਰੇ ਅੰਦਰ ਹਾਂ ਉਹ ਜੋਰ ਕੀ ਗਰੀਬ ਦਾ ਤੇਰੇ ਅੰਦਰ ਨਹੀਂ ਤੇ
ਜਿੰਨੀ ਛੇਤੀ ਵਾਲ ਨੂੰ ਪਤਾ ਉਨੀ ਛੇਤੀ ਨੋ ਟੈਨਸ਼ਨ ਕਰ ਦੋ ਬੈਠੇ ਆਪਣੇ ਬਾਪੂ ਜੀ ਮਜ਼ਬੀ ਸਿੱਖਾ ਬਰਾਦਰੀ ਦੇ ਬੰਦੇ ਉਹ ਜਿਹਨਾਂ ਰੌਲਾ ਚੱਲੀ ਜਾਂਦਾ ਕੀ ਬਰਾਦਰੀ ਦੇ ਆ ਪਿੰਡ ਕਿਹੜਾ ਆਪਣਾ ਆਹੀ ਆ ਜੀ ਆਹੀ ਪਿੰਡ ਆ ਠੀਕ ਗੱਲ ਨਵੇੜਨਾ ਵੀ ਪਿਆ ਵਾ ਨਵੇੜ ਨਹੀਂ ਹੁੰਦਾ ਜੀ ਹਾਂਜੀ ਕੱਲ ਤਲ ਜਾ ਮਗਲ ਜਾਮ ਲੱਗ ਗਿਆ ਮੁੰਡੇ ਦੇ ਬੱਤੇ ਤਾਂ ਤਲ ਲੱਗੀ ਹੈਨਾ ਕੋਈ ਗੱਲ ਨਹੀਂ ਕਰਦੇ ਤੁਹਾਡਾ ਭਲਾ ਕਰੂਗਾ ਦੱਤ ਸਰਕਾਰ ਸੱਚੀ ਸਰਕਾਰ ਠੀਕ ਆ ਬਾਬੇ ਦੇ ਕੋਈ ਹੁਕਮ ਲੋ ਫਿਰ ਬੈਕ ਕਰਦੇ ਆਪਾਂ ਗੱਲ ਪਾਸੇ ਕੁਛ ਗੱਲਾਂ ਪੜਦੇ ਚ ਵੀ ਹੁੰਦੀਆਂ ਚੰਗੀਆਂ ਨਹੀਂ ਲੱਗਦੀਆਂ ਹੈਨਾ ਠੀਕ ਆ ਜੀ ਹਾਂ ਪਹਿਲੇ ਵੀ ਤੁਹਾਡੇ ਪਿੰਡ ਆ ਕਿ ਐਵੇਂ ਚੱਲੇ ਤੇਰੀ ਪਾਉਣ ਲੱਗੇ ਚੱਲੇ ਤੇਰੀ ਪਾਉਣ ਲੱਗੇ ਡਾਏ ਹਾਜੀ
ਕਰਦਾ ਮੈਨੂੰ ਨਿਆਸ਼ਵਾਈਏ ਮਨੋਹੇਰ ਦੇ ਨਾਲਾ ਮੈਨੂੰ ਨਿਆਸ਼ਵਾਈਏ
ਗੁਲਾਬ ਤੇ ਗੰਢ ਬਣੀ ਹੋਵੇ ਤੇ ਜੇ ਕਿਸੇ ਦਾ ਹੁਕਮ ਹੈ ਤਾਂ ਢਿੱਡ ਚ ਗੰਢਾ ਹੋਣ ਪਈ ਬਾਬਾ ਜੀ ਦਾ ਹੁਕਮ ਹੈ ਵਾਸਤੇ ਸਵਾਲ ਹੋਵੇ ਕਿਸੇ ਦਾ ਬਾਬੇ ਦਾ ਜੇ ਹੈ ਤਾਂ ਕਿਸੇ ਦਾ ਬਾਈ ਬੱਚਨ ਲੈ ਲਓ ਚਲੋ ਇੱਥੇ ਝੂਠਾ ਨਹੀਂ ਕਰਦਾ ਕੋਟਲੇ ਤੇ ਆਉਂਦਾ